ਬੱਚਿਓ ਇਹਨਾਂ ਦੋਹਾਂ ਉਲਝਣਾਂ ਨੂੰ ਸੁਲਝਾਉਣ ਵਾਲੀਆਂ ਵੀਡੀਓਜ਼ ਤੁਸੀਂ ਦੇਖੀਆਂ ਤੇ ਤੁਸੀਂ ਇਹਨਾਂ ਵਿੱਚੋਂ ਕੀ ਸਮਝਿਆ ਇਹੋ ਕਿ ਬਰੀਕ ਤੇ ਸੂਖਮ ਜਹੀ ਉਲਝਣ ਨੂੰ ਸੁਲਝਾਉਣ ਵਿੱਚ ਵਧੇਰੇ ਮੁਸ਼ਕਿਲ ਪੇਸ਼ ਆਉਂਦੀ ਹੈ ਤੇ ਸਮਾਂ ਵੀ ਵਧੇਰੇ ਲੱਗਦਾ ਬਿਲਕੁਲ ਉਸੇ ਤਰ੍ਹਾਂ ਜੋ ਨਾਜ਼ੁਕ ਮਸਲੇ ਹੁੰਦੇ ਆ ਉਹਨਾਂ ਦਾ ਹੱਲ ਕਰਨ ਲਈ ਵੀ ਸਾਨੂੰ ਵਧੇਰੇ ਸਬਰ ਸ਼ਾਂਤੀ ਧੀਰਜ ਸੋਹਿਰਦਤਾ ਇਕਾਗਰਤਾ ਤੇਜ ਬੁੱਧੀ ਮਿਠਾਸ ਭਰੀ ਸਤਕਾਰ ਭਰੀ ਬੋਲੀ ਹਾਜ਼ਰ ਜਵਾਬੀ ਆਮ ਸੂਝ ਆਪਣੇ ਗਿਆਨ ਵਗੈਰਾ ਦੀ ਲੋੜ ਪੈਂਦੀ ਹੈ ਸੋ ਭਾਵੇਂ ਹਰ ਮਸਲੇ ਦਾ ਹੱਲ ਬਹੁਤ ਧਿਆਨ ਮੰਗਦਾ ਪਰ ਜਿਹੜੇ ਸੂਖਮ ਜਿਹੇ ਮੁੱਦੇ ਹੁੰਦੇ ਆ ਇਹਨਾਂ ਵੱਲ ਵਧੇਰੇ ਧਿਆਨ ਦੇਣਾ ਪੈਂਦਾ ਹੈ ਆਨਲਾਈਨ ਲੈਕਚਰ ਦੇ ਵਿੱਚ ਸਵਾਗਤ ਜ਼ਿੰਦਗੀ ਵਿਸ਼ੇ ਨਾਲ ਰੂਬਰੂ ਹਾਂ ਮੈਂ ਰਵਨੀਤ ਕੌਰ ਲੈਕਚਰਰ ਪੰਜਾਬੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਲੁਧਿਆਣਾ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਪੇਚੀਦਾ ਮਸਲੇ ਬਾਰੇ ਇੱਕ ਸੰਵੇਦਨਸ਼ੀਲ ਮੁੱਦੇ ਬਾਰੇ ਤੇ ਉਹ ਵਿਸ਼ਾ ਹੈ ਨਾਜ਼ੁਕ ਮੁੱਦੇ ਨੂੰ ਕਿਵੇਂ ਸੁਲਝਾਈਏ ਸੰਵੇਦਨਸ਼ੀਲ ਪੇਚੀਦਾ ਮਸਲੇ ਦਾ ਹੱਲ ਕਿਵੇਂ ਲੱਭੀਏ ਇਹ ਹੱਲ ਲੱਭਣਾ ਉਲਝਣਾ ਨੂੰ ਸੁਲਝਾਉਣਾ ਵੀ ਆਪਣੇ ਆਪ ਵਿੱਚ ਇੱਕ ਮੁੱਦਾ ਜਾਂ ਮਸਲਾ ਹੀ ਹੈ ਤੇ ਇਹਨਾਂ ਮਸਲਿਆਂ ਨੂੰ ਸਹੀ ਤਰੀਕੇ ਨਾਲ ਹੱਲ ਕਰ ਲੈਣਾ ਸਾਡੀ ਕਾਬਲੀਅਤ ਤੇ ਨਿਰਭਰ ਕਰਦਾ ਹੈ ਸੋ ਆਓ ਆਪਾਂ ਉਹਨਾਂ ਕਾਬਲੀਅਤਾਂ ਨੂੰ ਵਧਾਈਏ ਅੱਜ ਦੇ ਇਸ ਲੈਕਚਰ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਜਾਣ ਜਾਓਗੇ ਕਿ ਕਿਵੇਂ ਅਸੀਂ ਹੱਲ ਕਰ ਸਕਦੇ ਹਾਂ ਨਾਜ਼ੁਕ ਮੁੱਦਿਆਂ ਦਾ ਤੇ ਜੇ ਤੁਸੀਂ ਇਸ ਲੈਕਚਰ ਨੂੰ ਇਹ ਚ ਸਿੱਖੀਆਂ ਹੋਈਆਂ ਗੱਲਾਂ ਨੂੰ ਸ਼ਰਤਾਂ ਨੂੰ ਅਪਣਾਓਗੇ ਤਾਂ ਤੁਸੀਂ ਸੱਚਮੁੱਚ ਹੱਲ ਕਰਨ ਦੇ ਕਾਬਿਲ ਹੋ ਜਾਓਗੇ ਬਹੁਤ ਸਾਰੇ ਉਲਝੇ ਮਸਲਿਆਂ ਦਾ ਸੰਵੇਦਨਸ਼ੀਲ ਮੁੱਦਿਆਂ ਦਾ ਇਸ ਲਈ ਬੱਚਿਓ ਕਾਪੀ ਪੈਨ ਲੈ ਕੇ ਨੋਟ ਕਰ ਲਓ ਕਾਫੀ ਸਾਰੀਆਂ ਅਹਿਮ ਖਾਸ ਗੱਲਾਂ ਮੈਂ ਤੁਹਾਨੂੰ ਦੱਸੂਗੀ। ਹਮ ਵੀ ਮੂੰਹ 'ਚ ਜ਼ੁਬਾਨ ਰੱਖਤੇ ਹਨ ਕਾਸ਼ ਕੋਈ ਪੁੱਛੇ ਕਿ ਮੁੱਦਾ ਕੀ ਹੈ। ਮਿਰਜ਼ਾ ਗਾਲिब ਦਾ ਸ਼ੇਅਰ ਅਸਲੀਅਤ ਬਿਲਕੁਲ ਸੱਚ ਸਾਬਿਤ ਹੁੰਦਾ ਹੈ ਕਿਉਂਕਿ ਸਾਡੇ ਕੋਲ ਵੀ ਸਮਰੱਥਾ ਹੁੰਦੀ ਹੈ ਮਸਲਿਆਂ ਉੱਪਰ ਰਾਏ ਦੇਣ ਦੀ ਉਹਨਾਂ ਨੂੰ ਹੱਲ ਕਰਨ ਦੀ। ਪਰ ਸਾਨੂੰ ਖੁਦ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਮਸਲਾ ਕਿਹੜੀ ਸੂਝਬੂਝ ਨਾਲ ਕਿਹੜੇ ਤਰੀਕੇ ਨਾਲ ਹੱਲ ਕਰਨਾ ਹਾਲਾਂਕਿ ਉਹ ਸਮਰੱਥਾ ਸਾਡੇ ਅੰਦਰ ਹੁੰਦੀ ਹੈ ਉਹ ਤਰੀਕੇ ਅਸੀਂ ਲੱਭ ਸਕਦੇ ਹਾਂ ਖੋਜ ਸਕਦੇ ਹਾਂ ਉਹ ਸਾਧਨ ਅਸੀਂ ਆਲੇ-ਦਾਲਿਓਂ ਜੁਟਾ ਸਕਦੇ ਹੁੰਨੇ ਆ ਬਸ ਇਹ ਸਮਝਣਾ ਜ਼ਰੂਰੀ ਹੈ ਕਿ ਕਿੱਥੇ ਕਿਹੜਾ ਫਾਰਮੂਲਾ ਕੰਮ ਕਰੇਗਾ ਕਿੱਥੇ ਕਿਹੜਾ ਹੱਲ ਸੰਭਵ ਹੋਏਗਾ ਕਿਹੜੇ ਹਨ ਅਜਿਹੇ ਨਾਜ਼ੁਕ ਮੁੱਦੇ ਜਿਹੜੇ ਕਿ ਸਾਡੀ ਜ਼ਿੰਦਗੀ ਨੂੰ ਖ਼ਾਰ ਕਰਦੇ ਹਨ ਪਾਠ ਪੁਸਤਕ ਵਿੱਚੋਂ ਹੀ ਇਹ ਸਮਝਦੇ ਹਾਂ ਕਿ ਨਾਜ਼ੁਕ ਮੁੱਦੇ ਦੀ ਪਰਿਭਾਸ਼ਾ ਕੀ ਹੈ ਤੇ ਇਹਨਾਂ ਬਾਰੇ ਜਾਣਨਾ ਸਮਝਣਾ ਕਿਉਂ ਜ਼ਰੂਰੀ ਹੈ ਵਿਦਿਆਰਥੀਓ ਜੇ ਅਸੀਂ ਝਾਤੀ ਮਾਰੀਏ ਤੁਹਾਡੀ 9ਵੀਂ ਸ਼੍ਰੇਣੀ ਦੀ ਪਾਠ ਪੁਸਤਕ ਤੇ ਉਸ ਤੇ ਵਿੱਚ ਚੌਥੇ ਅਧਿਆਏ ਦਾ ਇੱਕ ਛੋਟਾ ਜਿਹਾ ਉਪ ਵਿਸ਼ਾ ਹੈ ਨਾਜ਼ੁਕ ਮੁੱਦੇ ਕਿਵੇਂ ਸੁਲਝਾਈਏ ਸੋ ਇਹਦੇ ਵਿੱਚ ਬਕਾਇਦਾ ਇੱਕ ਘਟਨਾ ਦਾ ਵਰਣਨ ਕੀਤਾ ਗਿਆ ਹੈ ਕਿ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਸਵੇਰ ਸਭਾ ਦੇ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕੁਝ ਗੱਲਾਂ ਕਹਿੰਦੇ ਹਨ ਜ਼ਿਕਰ ਚਲਦਾ ਹੈ ਵਿਦਿਆਰਥੀਆਂ ਤੋਂ ਮੰਗ ਕੀਤੀ ਜਾਂਦੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ ਇਸ ਕਰਕੇ 10 ਅਜਿਹੇ ਵਿਦਿਆਰਥੀਆਂ ਦੇ ਨਾਮ ਮੰਗੇ ਜਾਂਦੇ ਹਨ ਜੋ ਘਰੇਲੂ ਤੇ ਨਿੱਜੀ ਸਮੱਸਿਆਵਾਂ ਨੂੰ ਹੱਲ ਕਰਨ 'ਚ ਆਪਣੇ ਆਪ ਨੂੰ ਸਮਰੱਥ ਸਮਝਦੇ ਹੋਣ। ਸੋ ਜਿੰਨਾਂ ਵੀ ਵਿਦਿਆਰਥੀਆਂ ਨੂੰ ਇਹ ਲੱਗਦਾ ਕਿ ਅਸੀਂ ਆਪਣੀਆਂ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਜਾਂ ਆਪਣੀਆਂ ਸਮੱਸਿਆਵਾਂ ਨੂੰ ਸਹੀ ਤਰ੍ਹਾਂ ਹੱਲ ਕਰ ਸਕਦੇ ਹਾਂ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਨਾਂ ਦੇਣ ਲਈ ਅੱਗੇ ਬੁਲਾਇਆ ਜਾਂਦਾ ਹੈ। ਸੋ ਸਵੇਰ ਸਭਾ ਦੇ ਖਾਤਮੇ ਤੱਕ 14 ਵਿਦਿਆਰਥੀ ਉੱਠ ਕੇ ਆ ਜਾਂਦੇ ਆ। ਜਿਨ੍ਹਾਂ ਲਈ ਖੂਬ ਤਾੜੀਆਂ ਵਜਾ ਕੇ ਉਹਨਾਂ ਦਾ ਹੌਸਲਾ ਵਧਾਇਆ ਜਾਂਦਾ ਤੇ ਸਵੇਰ ਸਵਾ ਖਤਮ ਹੋਣ ਤੇ ਪ੍ਰਿੰਸੀਪਲ ਸਾਹਿਬ ਸਟਾਫ ਮੈਂਬਰਾਂ ਦੇ ਨਾਲ ਰਲ ਕੇ ਉਹਨਾਂ 14 ਬੱਚਿਆਂ ਨੂੰ ਦਫ਼ਤਰ ਵਿੱਚ ਬੁਲਾਉਂਦੇ ਹਨ ਤੇ ਉੱਥੇ ਸਕੂਲ ਦੇ ਜਿਹੜੇ ਕਾਉਂਸਲਰ ਹੈਗੇ ਆ ਮਿਸ਼ਾਲ ਦੇ ਖੁਸ਼ਮਿੰਦਰ ਸਿੰਘ ਉਹ ਵੀ ਉੱਥੇ ਪਹੁੰਚ ਜਾਂਦੇ ਆ ਸੋ ਫਿਰ ਅੱਗੋਂ ਉੱਥੇ ਉਹਨਾਂ ਦੀ ਗੱਲਬਾਤ ਚੱਲਦੀ ਆ ਨਾਜ਼ੁਕ ਮੁੱਦਿਆਂ ਦੇ ਸਬੰਧ ਵਿੱਚ ਗੱਲ ਇਸ ਤਰ੍ਹਾਂ ਚੱਲਦੀ ਆ ਕਿ ਮੋٹے ਤੌਰ ਤੇ ਜਿਵੇਂ ਘਰ ਪਰਿਵਾਰ ਦੇ ਨਿੱਜੀ ਮਸਲੇ ਕਿਸੇ ਫਿਰਕੇ ਕਬੀਲੇ ਜਾਂ ਧਰਮ ਸੰਬੰਧੀ ਕੋਈ ਗੱਲ ਜਾਂ ਭਾਸ਼ਾਈ ਮਸਲੇ ਇਹਨਾਂ ਨੂੰ ਆਪਾਂ ਨਾਜ਼ੁਕ ਮੁੱਦੇ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਦੇ ਆਧਾਰ ਤੇ ਕਈ ਵਾਰ ਬਹੁਤ ਵੱਡੇ ਵੱਡੇ ਝਗੜੇ ਹੋ ਜਾਂਦੇ ਆ ਸੋ ਕਦੇ ਵੀ ਕਿਸੇ ਦੇ ਧਰਮ ਬਾਰੇ ਫਿਰਕੇ ਬਾਰੇ ਰੰਗ ਬਾਰੇ ਕਿਸੇ ਦੀ ਭਾਸ਼ਾ ਬਾਰੇ ਕੋਈ ਵੀ ਕੋਝਾ ਮਜ਼ਾਕ ਨਹੀਂ ਕਰਨਾ ਚਾਹੀਦਾ ਤੇ ਜੇ ਕੋਈ ਮਸਲਾ ਖੜਾ ਹੋ ਜਾਵੇ ਤਾਂ ਉਸ ਨੂੰ ਹੱਲ ਕਰਨ ਲਈ ਆਪਣੀ ਸ਼ਬਦਾਵਲੀ ਭਾਵ ਜਿਹੜੀ ਤੁਹਾਡੇ ਸ਼ਬਦਾਂ ਦੀ ਚੋਣ ਆ ਉਹਦੇ 'ਤੇ ਬੜਾ ਧਿਆਨ ਦੇਣਾ ਚਾਹੀਦਾ ਕਿ ਤੁਸੀਂ ਠੀਕ-ਠੀਕ ਬੋਲ ਰਹੇ ਹੋ ਇਹ ਨਾ ਹੋਵੇ ਕਿ ਮਸਲਾ ਸੁਲਝਾਉਣ ਦੇ ਚੱਕਰ 'ਚ ਤੁਸੀਂ ਹੋਰ ਵੀ ਉਲਝਾ ਲਓ ਕਿਸੇ ਨੂੰ ਕੁਝ ਗਲਤ ਬੋਲਦੇ ਹੋ ਸੋ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਤਾਂ ਬਿਲਕੁਲ ਕਰਨੀ ਹੀ ਨਹੀਂ ਹੈ ਅਗਲੀ ਗੱਲ ਇਹ ਵੀ ਹੈ ਕਿ ਬਹੁਤ ਸਹਜ ਰਹੀਏ ਕਾਲੀ ਵਿੱਚ ਨਹੀਂ ਬਲਕਿ ਆਰਾਮ ਦੇ ਨਾਲ ਸੂਝਬੂਝ ਦੇ ਨਾਲ ਗੱਲ ਕਰਨ ਦੀ ਜ਼ਰੂਰਤ ਹੁੰਦੀ ਹੈ ਇਹ ਸਾਰੀਆਂ ਗੱਲਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਉਹ ਵਿਦਿਆਰਥੀਆਂ ਨੂੰ ਸਮਝਾਉਂਦੇ ਆ ਹੁਣ ਵਿਦਿਆਰਥੀਆਂ ਦੀ ਵੀ ਸੁਣ ਲਈਏ ਜਿਵੇਂ ਕਿ ਜਿਸ ਸਕੂਲ ਦੀ ਗੱਲ ਚੱਲ ਰਹੀ ਹੈ ਉਸ ਸਕੂਲ ਦੇ ਬੱਚਿਆਂ ਨੇ ਕੁਝ ਗੱਲਾਂ ਦਸੀਆਂ ਸੋ ਅਲੱਗ-ਅਲੱਗ ਵਿਦਿਆਰਥੀਆਂ ਦੀ رائے ਕੀ ਹੈ ਕੀ ਸੋਚਦੇ ਆ ਬੱਚੇ ਇੱਕ ਬੱਚੇ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਵਿੱਚ ਕਦੇ-ਕਦੇ ਐਵੇਂ ਹੀ ਤਣਾ ਬਣ ਜਾਂਦਾ ਹੈ। ਇੱਕ ਲੜਕੀ ਦੱਸ ਰਹੀ ਸੀ ਕਿ ਉਸ ਤੇ ਗੁਆਣ ਵਿੱਚ ਇੱਕ ਦੋ ਮੁੰਡੇ ਕੁਝ ਗਲਤ ਕਮੈਂਟ ਕਰਦੇ ਆ। ਸੋ ਜਿਹੜੀ ਇਹ ਈਵ ਟੀਜ਼ਿੰਗ ਆ, ਗਲਤ ਕਮੈਂਟ ਕਰਨਾ, ਕਿਸੇ ਨੂੰ ਗਲਤ ਬੋਲਣਾ ਇਹ ਵੀ ਬੜੇ ਖਤਰਨਾਕ ਮੁੱਦਿਆਂ ਨੂੰ ਜਨਮ ਦੇ ਦਿੰਦਾ ਹੈ। ਇੱਕ ਲੜਕਾ ਦੱਸ ਰਿਹਾ ਸੀ ਕਿ ਉਹਨਾਂ ਦੇ ਸਾਹਮਣੇ ਵਾਲੀ ਕਲਾਸ ਵਿੱਚ ਇੱਕ ਛੋਟੇ ਜਿਹੇ ਮੁੰਡੇ ਨੂੰ ਵੱਡੇ ਮੁੰਡੇ ਪਰਦੇਸੀ ਪਰਦੇਸੀ ਕਹਿ ਕੇ ਛੇੜਦੇ ਆ ਉਸ ਦਾ ਪੁੱਠਾ ਨਾ ਰੱਖਦੇ ਆ ਤੇ ਗਾਲਾਂ ਕੱਢਦੇ ਆ ਇੱਕ ਕੁੜੀ ਨੇ ਦੱਸਿਆ ਕਿ ਉਹਨਾਂ ਦੀ ਗਲੀ 'ਚ ਕੁਝ ਲੋਕਾਂ ਦੇ ਗਲਤ ਸਬੰਧ ਹਨ ਜਿੰਨਾ ਕਰਕੇ ਉਹਨਾਂ ਦੇ ਘਰਾਂ ਵਿੱਚ ਝਗੜਾ ਚੱਲਦਾ ਹੀ ਰਹਿੰਦਾ ਸੋ ਬੱਚੇ ਇਨ੍ਹਾਂ ਨਾਜ਼ੁਕ ਮਸਲਿਆਂ ਤੋਂ ਅਣਜਾਣ ਨਹੀਂ ਸੀ ਕਿਉਂਕਿ ਮਸਲੇ ਨਾਜ਼ੁਕ ਬੇਸ਼ੱਕ ਹੋਣ ਪਰ ਗੰਭੀਰ ਬਹੁਤ ਹਨ ਇਹਨਾਂ ਦੇ ਕਰਕੇ ਘਰਾਂ ਵਿੱਚ ਵੀ ਤਣਾਅ ਹੁੰਦਾ ਹੈ ਬੰਦੇ ਦੇ ਆਪਣੇ ਜੀਵਨ ਦੇ ਵਿੱਚ ਤਣਾਅ ਆ ਜਾਂਦਾ ਤੇ ਸਾਡੇ ਸਾਰੇ ਸਮਾਜ ਦੇ ਵਿੱਚ ਹੀ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ ਅੱਗੋਂ ਫਿਰ ਸਕੂਲ ਕਾਉਂਸਲਰ ਖੁਸ਼ਮਿੰਦਰ ਸਿੰਘ ਨੇ ਬੱਚਿਆਂ ਨੂੰ ਸਮਝਾਇਆ ਕਿ ਹੁਣ ਉਹ ਇਹ ਤਾਂ ਸਮਝ ਚੁੱਕੇ ਆ ਕਿ ਇਹ ਨਾਜ਼ੁਕ ਜਾਂ ਸੂਖਮ ਮੁੱਦੇ ਕਿਹੜੇ ਹੁੰਦੇ ਆ ਜਿਨ੍ਹਾਂ ਦਾ ਅਕਸਰ ਜਿੰਨਾ ਚੋ ਬਹੁਤਿਆਂ ਦਾ ਹੱਲ ਇੱਕਦਮ ਜਾਂ ਠੱਕੇ ਨਾਲ ਨਹੀਂ ਕੀਤਾ ਜਾ ਸਕਦਾ ਇਹਨਾਂ ਨੂੰ ਹੱਲ ਕਰਨ ਲਈ ਸਬਰ ਸੰਤੋਖ ਦਾ ਹੋਣਾ ਗਿਆਨ ਦਾ ਹੋਣਾ ਸਹੀ ਭਾਸ਼ਾ ਦਾ ਹੋਣਾ ਸਮੱਸਿਆ ਦੇ ਮੂਲ ਕਾਰਨ ਚੰਗੀ ਤਰ੍ਹਾਂ ਪਤਾ ਕਰਨੇ ਇਹ ਸਭ ਜ਼ਰੂਰੀ ਹੈ ਦੂਜੇ ਬੰਦੇ ਨੂੰ ਸਤਕਾਰ ਨਾਲ ਸੁਣਨਾ ਤੇ ਸੂਝ-ਬੂਝ ਸਹਿਜ ਨਾਲ ਸੋਚ ਕੇ ਫੈਸਲਾ ਲੈਣਾ ਕਿਉਂਕਿ ਜੇ ਅਸੀਂ ਇਕੱਲੇ ਬੋਲੀ ਜਾਵਾਂਗੇ ਸਲਾਹਾਂ ਦੇਈ ਜਾਵਾਂਗੇ ਫਿਰ ਗੱਲ ਨਹੀਂ ਬਣਦੀ ਪਹਿਲਾਂ ਇੱਕ ਚੰਗੇ ਸਰੋਤਾ ਹੋਣਾ ਜ਼ਰੂਰੀ ਹੈ ਪਹਿਲਾਂ ਧਿਆਨ ਨਾਲ ਗੱਲ ਸੁਣੀਏ ਸਮਝੀਏ ਫਿਰ ਹੀ ਆਪਣੀ ਕੋਈ رائے ਦਈਏ ਬਿਨਾ ਮੰਗਿਆਂ ਸਲਾਹ ਵੀ ਨਹੀਂ ਦੇਣੀ ਚਾਹੀਦੀ ਤੇ ਸਲਾਹ ਵੀ ਉਹੀ ਦੇਣੀ ਚਾਹੀਦੀ ਹੈ ਜਿਹੜੀ ਵਾਜਬ ਹੋਵੇ ਜਿਹਦੇ ਨਾਲ ਕੋਈ ਫਾਇਦਾ ਹੋਵੇ ਵਿਦਿਆਰਥੀਆਂ ਵਿੱਚ ਕਿਹੋ ਜਿਹੇ ਮਸਲੇ ਬੜੇ ਸੂਖਮ ਹੁੰਦੇ ਹਨ ਉਹ ਕਿਹੜੇ ਮਸਲੇ ਹਨ ਜਿਹੜੇ ਬੜੇ ਗੰਭੀਰ ਹਨ ਤੇ ਜਿਨ੍ਹਾਂ ਦਾ ਹੱਲ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਇਸ ਬਾਰੇ ਸੋਚਦੇ ਆਂ ਸੋਚਦੇ ਆਂ ਮੈਂ ਕੁਝ ਵਿਦਿਆਰਥੀਆਂ ਦੀ ਹੀ ਰਾਏ ਲਈ ਕਿ ਪਹਿਲਾਂ ਬੱਚਿਆਂ ਤੋਂ ਪੁੱਛਿਆ ਜਾਵੇ ਉਹ ਕਿੰਨਾ ਗੱਲਾਂ ਉੱਪਰ ਵਧੇਰੇ ਚਿੰਤਾ ਕਰ ਜਾਂਦੇ ਹਨ ਸਟ्रेस ਹੋ ਜਾਂਦਾ ਹੈ ਤਣਾਅ ਲੈ ਜਾਂਦੇ ਹਨ ਜਾਂ ਗੁੱਸੇ ਹੋ ਜਾਂਦੇ ਹਨ ਸੋ ਕਿਹੜੇ ਅਜਿਹੇ ਕਾਰਕ ਹਨ ਕਿਹੜੇ ਤੱਤ ਹਨ ਕਿਹੋ ਜੀਆਂ ਗੱਲਾਂ ਹਨ ਜਿਨ੍ਹਾਂ ਦਾ ਵਿਦਿਆਰਥੀਆਂ ਉੱਪਰ ਬੜਾ ਬੁਰਾ ਅਸਰ ਪੈਂਦਾ ਹੈ ਕਿਹੋ ਜਿਹੇ ਹਨ ਉਹ ਮਸਲੇ ਜਿਹੜੇ ਵਿਦਿਆਰਥੀਆਂ ਨੂੰ ਤੁਰ ਅੰਦਰ ਤੱਕ ਝੰਜੋੜ ਦਿੰਦੇ ਹਨ ਸੋ ਜਦੋਂ ਇਹ ਗੱਲਬਾਤ ਕੀਤੀ ਤਾਂ ਕੁਝ ਵਿਦਿਆਰਥਣਾਂ ਬਹੁਤਾ ਖੁੱਲ ਕੇ ਨਹੀਂ ਬੋਲੀਆਂ ਜਿਸ ਦੂਸਰੇ ਪਾਸੇ ਕੁਝ ਵਿਦਿਆਰਥੀਆਂ ਨੇ ਵਿਚਾਰ ਦਿੱਤੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਵਿਦਿਆਰਥੀਆਂ ਖਾਸ ਕਰਕੇ ਕਿਸ਼ੋਰ ਉਮਰ ਦੇ ਲੜਕਿਆਂ ਉੱਪਰ ਕਿੰਨਾ ਗੱਲਾਂ ਦਾ ਬੁਰਾ ਅਸਰ ਪੈਂਦਾ ਹੈ ਕਿਉਂ ਛੇਤੀ ਭੜਕ ਪੈਂਦੇ ਹਨ ਨੌਜਵਾਨ ਉਹ ਕਿਹੜੇ ਕਾਰਨ ਹਨ ਜਿਹੜੇ ਤੁਰ ਅੰਦਰ ਤੱਕ ਝੰਜੋੜ ਦਿੰਦੇ ਹਨ ਇਨ੍ਹਾਂ ਨੌਜਵਾਨਾਂ ਨੂੰ ਜਦੋਂ ਕੋਈ ਘਰ ਦੇ ਮਾਰੀ ਗਲਤ ਲੈਂਗੁਏਜ ਵਰਤਦਾ ਅਤੇ ਆਪਸ ਵਿੱਚ ਗਾਲ੍ਹਾਂ ਕੱਢਦੇ ਹਨ ਕਿਸੇ ਦੇ ਮਾਤਾ ਪਿਤਾ ਦੇ ਗਲਤ ਨਾਮ ਲੈ ਕੇ ਉਸ ਨੂੰ ਛੇੜਦੇ ਹਨ ਮੈਂ ਹਰਮਨ ਪ੍ਰੀਤ ਸਿੰਘ ਜੀ ਦਾ ਪਹਿਲਾ ਕਾਰਨ ਹੈ ਕਿ ਨੈਟਵਰਕ ਇਸ਼ੂ ਜਿਹੜੇ ਬੱਚੇ ਪਿੰਡਾਂ ਵਾਲੇ ਪਾਸੇ ਰਹਿੰਦੇ ਨੇ ਉਹ ਆਨਲਾਈਨ classes join ਨਹੀਂ ਕਰ ਪਾਉਂਦੇ ਕਿਉਂਕਿ network issues ਦੀ problem ਬਹੁਤ ਜ਼ਿਆਦਾ ਹੁੰਦੀ ਹੈ ਪਿੰਡਾਂ ਵਾਲੇ ਪਾਸੇ ਅਤੇ ਇਸ ਦਾ ਦੂਜਾ ਕਾਰਨ ਦੂਜਾ ਕਾਰਨ ਹੈ ਕਿ financial problems ਕਈ ਮਾਪੇ ਆਪਣੇ ਬੱਚਿਆਂ ਨੂੰ ਇਹ ਮਹਿੰਗੇ smartphones ਤੇ computers ਨਹੀਂ ਖਰੀਦ ਕੇ ਲੈ ਕੇ ਦੇ ਸਕਦੇ ਤੇ ਉਹਨਾਂ ਦੀ ਉਹ ਪੜ੍ਹਾਈ ਦੇ ਵਿੱਚ ਇੱਕ ਰੁਕਾਵਟ ਬਣ ਰਹੀ ਹੈ ਮੈਂ ਵਾਹਿਗੁਰੂਗੇ ਅਰਦਾਸ ਕਰਦਾ ਹਾਂ ਕਿ ਇਸ corona ਮਹਾਮਾਰੀ ਤੋਂ ਸਾਨੂੰ ਸਭ ਜਲਦ ਤੋਂ ਜਲਦ ਛੁਟਕਾਰਾ ਮਿਲੇ ਤੇ ਸਭ ਪਹਿਲਾ ਅਰਗੇ ਰੁਟੀਨ ਦੇ ਵਿੱਚ ਆ ਜਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਰਾਨਾ ਰੁਪਿੰਦਰ ਵੀ ਮੈਂ ਪਲੱਸ 2 ਇਹ ਜਮਾਤੀ ਵਿਦਿਆਰਥਣਾ ਅੱਜ ਮੈਂ ਤੁਹਾਡੇ ਨਾਲ ਕੁਝ ਗੰਭੀਰ ਮਸਲਿਆਂ ਬਾਰੇ ਗੱਲਬਾਤ ਕਰਨਾ ਚਾਹੂਗੀ ਕਿ ਜੀਵਨ ਵਿੱਚ ਅਸੀਂ ਗੰਭੀਰ ਮਸਲਾ ਕਿਸ ਪ੍ਰਕਾਰ ਦੇਖਦੇ ਹਾਂ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਵਿਦਿਆਰਥੀ ਦੀ ਪੜਨ ਵਿੱਚ ਬਹੁਤ ਰੁਚੀ ਹੈ ਪਰ ਉਸ ਦੀ ਘਰ ਦੀ ਆਮਦਨ ਇੰਨੀ ਨਹੀਂ ਹੈ ਕਿ ਉਹ ਆਪਣੇ ਫੀਸ ਦਾ ਖਰਚਾ ਚੱਕ ਸਕੇ ਤਾਂ ਇਸ ਕਰਕੇ ਉਹ ਵਿਦਿਆਰਥੀ ਲਈ ਬਹੁਤ ਹੀ ਗੰਭੀਰ ਮਸਲਾ ਬਣ ਜਾਂਦੀ ਹੈ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਸੇ ਇੱਕ ਬੰਦੇ ਕੋਲ ਆਮਦਨ ਨਹੀਂ ਨਹੀਂ ਹੈ ਉਸ ਨੂੰ ਟੈਨਸ਼ਨ ਆਉਂਦੀ ਹੈ ਆਪਣੀ ਰੋਜੀ ਰੋਟੀ ਦੀ ਨੰਬਰ 3 ਤੇ ਅਸੀਂ ਦੇਖਦੇ ਹਾਂ ਕਿ ਪੈਸੇ ਵੱਲੋਂ ਤੰਗੀ ਵੀ ਇੱਕ ਗੰਭੀਰ ਮਸਲਾ ਬਣ ਜਾਂਦੀ ਹੈ ਨੰਬਰ 4 ਤੇ ਅਸੀਂ ਦੇਖਦੇ ਹਾਂ ਕਿ ਸਹਿ ਪਾਟਨਾ ਨਾਲ ਲੜਾਈ ਕਰਨ ਤੇ ਸਾਨੂੰ ਕਲਾਸ ਵਿੱਚ ਇਦਾਂ ਲੱਗਦਾ ਹੈ ਕਿ ਅਸੀਂ ਇਕੱਲੇ ਹਾਂ ਉਹ ਵੀ ਇੱਕ ਵਿਅਕਤੀ ਲਈ ਇੱਕ ਗੰਭੀਰ ਮਸਲਾ ਬਣ ਜਾਂਦਾ ਹੈ ਨੰਬਰ 5 ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਸਾਰਿਆਂ ਨੂੰ इकਟ्ठा ਕਰਕੇ ਵਿਦਿਆਰਥੀ ਜਾਂ ਕਿਸੇ انسان ਜੋ ਘਰ ਪਰਸੋਂ ਤੰਗੀ ਹੈ ਜਿਸ ਨੂੰ ਜਿਸ ਨੂੰ ਵਿਦਿਆਰਥੀ ਜੀਵਨ ਵਿੱਚ ਜਿਵੇਂ ਬਹੁਤ ਸਾਰੀਆਂ ਮੁਸ਼ਕਲਾਂ ਆ ਜਾਂਦੀਆਂ ਲੜਾਈ ਝਗੜੇ ਇਹਨਾਂ ਸਾਰਿਆਂ ਨੂੰ ਜਦੋਂ ਇਕੱਠਾ ਕਰਦੇ ਆ ਇਹ ਬਹੁਤ ਵੱਡਾ ਗੰਭੀਰ ਮਸਲਾ ਬਣਦੀ ਹੈ ਅਤੇ ਇਸ ਸਿਆਂ ਸਭ انسان ਬੱਚੇ ਬਜ਼ੁਰਗ ਸਭ ਨੂੰ ਇਹਦੀ ਟੈਨਸ਼ਨ ਰਹਿੰਦੀ ਹੈ ਮੈਂ ਨਵਨੀਤ ਕੌਰ ਬੜੀ ਰਿਜਾ ਲਾਲਾ ਮੈਂ ਇੱਕ ਘਰ ਬਣਾਇਆ ਇਤਿਹਾਸੇ ਮੇਰੇ ਇੱਕ ਪਾਸੇ ਨੇ ਇੱਥੇ ਉਡਾਰੀ ਜੇ ਮੈਂ ਭਰਦੀ ਹਾਂ ਤਾਂ ਦੁਨੀਆਂ ਦੀ ਅੱਗ 'ਚ ਸੜਦੀ ਹਾਂ ਮੇਰੇ ਸੁਪਨੇ ਚੁਣ-ਚੁਣ ਸੁੱਟੇ ਨੇ ਮੇਰੀ ਖੂਨ ਦੇ ਰਾ ਵੀ ਕੁੱਤੇ ਨੇ ਇਹ ਘਰ ਮੇਰੀਆਂ ਰੀਝਾਂ ਦਾ ਅੱਜ ਆਪਣਿਆਂ ਨੇ ਬਿਖੇਰੇ ਆਏ ਮੇਰੀ ਖੁਸ਼ੀ ਪੁਲਾਕੀ ਅੱਜ ਕਿੱਸਾ ਮੇਰਾ ਨਿਬੇੜਿਆ ਏ ਕੋਈ ਗਲਤ ਟਿੱਪਣੀ ਕਿਸੇ ਦੇ ਸ਼ਕਲ ਸੂਰਤ ਬਾਰੇ ਕਿਸੇ ਦੇ ਪਰਿਵਾਰਕ ਪਿਛੋਕੜ ਬਾਰੇ ਮਾਤਾ ਪਿਤਾ ਬਾਰੇ ਗਲਤ ਟਿੱਪਣੀ ਕਰਨੀ ਉਸ ਨੂੰ ਟੌਂਟ ਕਰਨਾ ਕਿਸੇ ਦਾ ਮਜ਼ਾਕ ਗਲਤ ਢੰਗ ਨਾਲ ਉਡਾਉਣਾ ਕਿਸੇ ਦੇ ਨਾਲ ਸ਼ੋਸ਼ਣ ਕਰਨਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਭਾਵਨਾਤਮਕ ਤੌਰ ਤੇ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਜ਼ਬਰੀ ਵਗਾਰ ਕਰਾਉਣੀ ਕਿਸੇ ਤੇ ਜ਼ੁਲਮ ਕਰਨੇ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਆਨੰਦ ਵਿਸ਼ਵਾਸਾਂ ਦੇ ਵਿੱਚ ਪਾ ਕੇ ਕਿਸੇ ਦਾ ਤਰਕ ਖੋ ਲੈਣਾ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਮੁੱਦਾ ਬਣਾ ਕੇ ਸਾਰਿਆਂ 'ਚ ਪੇਸ਼ ਕਰਨਾ ਕਿਸੇ ਤੇ ਚਿੱਕੜ ਉਛਾਲਣੇ ਸਮਾਜ ਵੱਲੋਂ ਜੋ ਨਾਜਾਇਜ਼ ਹੈ ਇਸ ਤਰ੍ਹਾਂ ਦੇ ਨਾਜਾਇਜ਼ ਰਿਸ਼ਤੇ ਬਣਾਉਣੇ ਸਬੰਧ ਬਣਾਉਣੇ ਸੋ ਸੰਵੇਦਨਸ਼ੀਲ ਮਸਲੇ ਉਹ ਹਨ ਜਿਨ੍ਹਾਂ ਬਾਰੇ ਅਸੀਂ ਅਕਸਰ ਹੀ ਖੁੱਲ੍ਹ ਕੇ ਚਰਚਾ ਨਹੀਂ ਕਰ ਸਕਦੇ ਅੰਦਰੋਂ ਅੰਦਰੀ ਇਹ ਸਾਨੂੰ ਸਾਡੀਆਂ ਜੜ੍ਹਾਂ ਨੂੰ ਖੋਰਦੇ ਰਹਿੰਦੇ ਹਨ ਇਹਨਾਂ ਬਾਰੇ ਨਾ ਤਾਂ ਖੁੱਲ੍ਹ ਕੇ ਵਿਚਾਰ ਹੁੰਦੀ ਹੈ ਨਾ ਹੀ ਖੁੱਲੇ ਆਮ ਇਹਨਾਂ ਦੇ ਹੱਲ ਹੁੰਦੇ ਹਨ ਅਕਸਰ ਬਹੁਤ ਤਹਿ ਤੱਕ ਜਾ ਕੇ ਇਸ ਮਸਲੇ ਨੂੰ ਸਮਝਣਾ ਪੈਂਦਾ ਹੈ ਫਿਰ ਹੀ ਸੋਚ ਸਮਝ ਕੇ ਉਸ ਦਾ ਹੱਲ ਕਰਨਾ ਪੈਂਦਾ ਹੈ ਕਿਉਂਕਿ ਇਹ ਮਸਲੇ ਨਾਜ਼ੁਕ ਹੁੰਦੇ ਹਨ ਜੇ ਇਹਨਾਂ ਨੂੰ ਧਿਆਨ ਨਾਲ ਸਮਝਦਾਰੀ ਨਾਲ ਹੱਲ ਨਾ ਕੀਤਾ ਜਾਵੇ ਤਾਂ ਇਹ ਬਹੁਤ ਭਾਰੇ ਪੈ ਸਕਦੇ ਹਨ ਕਿਸੇ ਵਿਅਕਤੀ ਲਈ ਵੀ ਸਮਾਜ ਲਈ ਵੀ ਸੋ ਜ਼ਰੂਰੀ ਹੈ ਕਿ ਨਾਜ਼ੁਕ ਮਸਲਿਆਂ ਨੂੰ ਗੰਭੀਰ ਮਸਲਿਆਂ ਨੂੰ ਗੰਭੀਰਤਾ ਨਾਲ ਹੀ ਨਜਿੱਠਿਆ ਜਾਵੇ ਪਰ ਕਿਵੇਂ ਕਈ ਵਾਰ ਕੁਝ ਮਸਲੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਵੇਖ ਕੇ ਅਸੀਂ ਐਵੇਂ ਹੀ ਘਬਰਾ ਜਾਂਦੇ ਹਾਂ ਜਦ ਕਿ ਉਹਨਾਂ ਦਾ ਹੱਲ ਕਰਨ ਲਈ ਸਾਨੂੰ ਬਹੁਤਾ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਫਿਕਰ ਨਾਲ ਹੱਲ ਨਹੀਂ ਹੁੰਦਾ ਚਿੰਤਾ ਨਾਲੋਂ ਚਿੰਤਨ ਦੀ ਜ਼ਰੂਰਤ ਹੈ ਕਿਉਂਕਿ ਕੁਝ ਮਸਲੇ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਹੱਲ ਸਮੇਂ ਨਾਲ ਆਪਣੇ ਆਪ ਹੀ ਹੋ ਜਾਣਾ ਹੁੰਦਾ ਹੈ ਸੋ ਜਿੰਨਾ ਦਾ ਹੱਲ ਸਮੇਂ ਨੇ ਹੀ ਕਰ ਦੇਣਾ ਉਹਦਾ ਹੱਲ ਅਸੀਂ ਜਲਦਬਾਜ਼ੀ ਚ ਕਿਉਂ ਕਰੀਏ ਸੋ ਪਹਿਲਾ ਨੁਕਤਾ ਤਾਂ ਇਹ ਹੈ ਕਿ ਲੋੜ ਤੋਂ ਜ਼ਿਆਦਾ ਫਿਕਰ ਕਰਨਾ ਛੱਡੋ ਕਿਸੇ ਮਸਲੇ ਨੂੰ ਜ਼ਿਆਦਾ ਹੀ ਸੰਗੀਨ ਨਾ ਬਣਾ ਦਿਓ ਘਬਰਾਹਟ ਵਿੱਚ ਨਾ ਪਓ ਕਹਿੰਦੇ ਨੇ ਹਾਸਿਆਂ ਦੇ ਘਰ ਵਾਸਤੇ ਸੋ ਜਿੰਨੇ ਅਸੀਂ ਖੁਸ਼ ਰਹਾਂਗੇ ਸ਼ਾਂਤ ਰਹਾਂਗੇ ਪੀਸ ਆਫ ਮਾਈਂਡ ਦੇ ਨਾਲ ਕੋਈ ਵੀ ਹੱਲ ਕਰਾਂਗੇ ਤਾ ਸਾਡੇ ਹੱਲ ਜ਼ਿਆਦਾ ਚੰਗੇ ਹੋਣਗੇ ਥੋੜੀ ਸ਼ਾਂਤੀ ਬਣਾ ਕੇ ਰੱਖੀਏ ਸਮਾਂ ਬਹੁਤ ਗੱਲਾਂ ਦਾ ਹੱਲ ਕਰ ਦਿੰਦਾ ਇਹਦੇ ਲਈ ਮੈਂ ਇੱਕ ਛੋਟੀ ਜਿਹੀ ਉਦਾਹਰਨ ਦਿੰਨੀ ਆ ਇੱਕ ਦੇਸ਼ ਹੈ ਕੈਨੇਡਾ ਉੱਥੋਂ ਦੇ ਕਾਉਂਸਲਰ ਦੀ ਉਦਾਹਰਨ ਹੈ ਕਿ ਉੱਥੇ ਇੱਕ ਬੱਚਾ ਬੜਾ ਹੀ ਖਿਜਿਆ ਹੋਇਆ ਫਰਸਟ੍ਰੇਟ ਹੋਇਆ ਉਸ ਕਾਉਂਸਲਰ ਕੋਲ ਗਿਆ ਤੇ ਉਸ ਨੂੰ ਕਹਿੰਦਾ ਕਿ ਮੇਰੇ ਮਾਪੇ ਮੈਨੂੰ ਘਰੋਂ ਬਾਹਰ ਜਾਣ ਤੇ ਵੀ ਬਾਰ ਬਾਰ ਪੁੱਛਦੇ ਆ ਮੇਰੇ ਤੇ ਨਿਗਾ ਰੱਖਦੇ ਆ ਮੈਨੂੰ ਟੋਕਦੇ ਆ ਕਿ ਤੂੰ ਆਹ ਮੁੰਡਿਆਂ ਨਾਲ ਸੰਗਤ ਨਹੀਂ ਕਰਨੀ ਤੂੰ ਗਲਤ ਗਰੁੱਪ ਚ ਨਹੀਂ ਜਾਣਾ ਕਿਉਂ ਮੈਨੂੰ ਕਿਉਂ ਟੋਕਦੇ ਆ ਤੇ ਸਾਰੀ ਉਮਰ ਮੇਰੀ ਇਦਾਂ ਹੀ ਲੰਘੂਗੀ ਤਾਂ ਉਹ ਕਾਉਂਸਲਰ ਨੇ ਸਮਝਾਇਆ ਸੀ ਕਿ ਕੁਝ ਮਸਲਿਆਂ ਦਾ ਹੱਲ ਸਮੇਂ ਦੇ ਨਾਲ ਜਿਉਂ-ਜਿਉਂ ਅਸੀਂ ਸਿਆਣੇ ਹੁੰਦੇ ਆ ਆਪਣੇ ਆਪ ਹੋ ਜਾਂਦਾ ਤਾਂ ਉਸਨੇ ਉਦਾਹਰਨ ਦਿੱਤੀ ਜਿਵੇਂ ਛੋਟੇ ਬੱਚੇ ਨੂੰ ਮਾਪੇ ਉਂਗਲੀ ਫੜਕੇ ਤੋਰਦੇ ਆ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਹਨੂੰ ਆਪ ਸੰਭਲ ਕੇ ਤੁਰਨਾ ਨਹੀਂ ਆਉਂਦਾ ਹੁਣ ਤਾਂ ਉਸ ਦੀ ਉਂਗਲੀ ਫੜਕੇ ਨਹੀਂ ਤੋਰਦੇ ਕਿਉਂਕਿ ਉਹ ਵੱਡਾ ਹੋ ਗਿਆ ਤੇ ਨਾਲ ਨਾਲ ਇਹ ਕਿ ਉਹਨੂੰ ਤੁਰਨਾ ਆ ਗਿਆ ਉਸੇ ਤਰ੍ਹਾਂ ਜਦੋਂ ਉਸ ਨੂੰ ਇਹ ਪਤਾ ਲੱਗ ਗਿਆ ਕਿ ਚੰਗੀ ਸੰਗਤ ਕਿਹੜੀ ਹੈ ਬੁਰੀ ਸੰਗਤ ਤੋਂ ਕਿਵੇਂ ਬਚਣਾ ਹੈ ਤਾਂ ਉਸ ਨੂੰ ਇਸ ਪੱਖੋਂ ਵੀ ਟੋਕਣਾ ਤੇ ਸੁਚੇਤ ਕਰਨਾ ਛੱਡ ਦੇਣਗੇ ਸੋ ਇਹਨਾਂ ਗੱਲਾਂ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਅਕਸਰ ਜਿਹੜੇ ਚੜ੍ਹਦੀ ਉਮਰ ਦੇ ਬੱਚੇ ਹੁੰਦੇ ਆ ਨੌਜਵਾਨ ਹੁੰਦੇ ਆ ਉਹਨਾਂ ਨੂੰ ਇਹ ਗੱਲ ਕਾਫੀ ਬੁਰੀ ਲੱਗਦੀ ਹੈ ਕਿ ਸਾਡੇ ਮਾਪੇ ਸਾਨੂੰ ਕਿਉਂ ਟੋਕਦੇ ਆ ਔਰ ਇਹੀ ਉਹਨਾਂ ਲਈ ਇੱਕ سنگੀਨ ਮਸਲਾ ਬਣ ਜਾਂਦਾ ਜਿਹਦੇ ਕਰਕੇ ਉਹ ਆਪਣੇ ਮਾਪਿਆਂ ਤੋਂ ਦੂਰ ਹੋ ਜਾਂਦੇ ਨੇ ਤੇ ਆਪਣੇ ਹਮ ਉਮਰ ਦੇ ਸਾਥੀਆਂ ਦੇ ਨੇੜੇ ਹੋ ਜਾਂਦੇ ਆ ਭਾਵੇਂ ਉਹ ਸਾਥੀ ਉਹਨਾਂ ਲਈ ਚੰਗੇ ਹੋਣ ਜਾਂ ਨਾ ਸੋ ਪਹਿਲਾਂ ਤਾਂ ਇਹ ਮੰਨ ਕੇ ਚੱਲੋ ਕਿ ਤੁਹਾਡੇ ਮਾਪੇ ਤੁਹਾਡੇ ਹਿਤਾਸ਼ੀ ਨੇ ਤੁਹਾਡੇ ਪੱਖ ਵਿੱਚ ਨੇ ਤੁਹਾਡੇ ਲਈ ਚੰਗਾ ਸੋਚਦੇ ਆ ਉਹਨਾਂ ਦਾ ਟੋਕਣਾ ਬੁਰਾ ਨਹੀਂ ਆ ਬਲਕਿ ਜ਼ਰੂਰੀ ਆ ਜੇ ਉਹਨਾਂ ਨੂੰ ਜ਼ਿਆਦਾ ਟੋਕਣਾ ਪੈ ਰਿਹਾ ਤਾਂ ਸਮਝੋ ਕਿਤੇ ਨਾ ਕਿਤੇ ਤੁਹਾਡੇ 'ਚ ਕਮੀ ਹੈ ਤੁਸੀਂ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਠੀਕ ਹੈ ਅੱਜ ਤੋਂ ਬਾਅਦ ਇਹ ਵੀ ਖਿਆਲ ਰੱਖਣਾ ਦੂਸਰੀ ਗੱਲ ਉਹਨਾਂ ਮਾਪਿਆਂ ਲਈ ਜੋ ਅੱਜ ਇਹ ਲੈਕਚਰ ਦੇਖ ਰਹੇ ਆ ਜਾਂ ਫਿਰ ਉਹ ਵਿਦਿਆਰਥੀ ਜਿਹੜੇ ਆਪਣੇ ਮਾਪਿਆਂ ਤੱਕ ਇਹ ਸਨੇਹਾ ਪਹੁੰਚਾ ਦੇਣਗੇ ਇਹ ਗੱਲ ਹੈ ਕਿ ਆਪਣੇ ਬੱਚਿਆਂ ਨਾਲ ਸਮਾਂ ਬਿਤਾਓ ਤੇ ਉਹਨਾਂ ਤੋਂ ਇਹ ਪੁੱਛੋ ਕਿ ਕਿਹੜੀ ਗੱਲ ਦਾ ਉਹਨਾਂ ਦੇ ਮਨ ਉੱਪਰ ਬੋਝ ਹੈ ਜਾਂ ਕਿਹੜੇ ਮਸਲੇ ਨੂੰ ਉਹ ਵੱਡਾ ਸਮਝਦੇ ਆ ਸੋ ਵਿਦਿਆਰਥੀਆਂ ਤੋਂ ਆਪਣੇ ਬੱਚਿਆਂ ਤੋਂ ਵੀ ਤੁਸੀਂ ਉਹਨਾਂ ਦੇ ਲਈ ਜੋ ਖਾਸ-ਖਾਸ ਮਸਲੇ ਨੇ ਗੁੰਝਲਾਂ ਨੇ ਉਲਝਣਾਂ ਨੇ ਉਹਨਾਂ ਬਾਰੇ ਪੁੱਛੋ ਤੇ ਬੱਚਿਆਂ ਦੇ ਸਾਹਮਣੇ ਵੀ ਆਪਣੇ ਘਰ ਦੀਆਂ ਸਮੱਸਿਆਵਾਂ ਜ਼ਰੂਰ ਰੱਖੋ ਕਿ ਪੈਸੇ ਦੀ ਕੀ ਸਮੱਸਿਆ ਹੈ ਘਰ ਕਿਵੇਂ ਚਲਾਉਣਾ ਰਿਸ਼ਤੇਦਾਰੀਆਂ ਜਾਂ ਆਲੇ ਦੁਆਲੇ ਕਿਹੜੀ ਸਮੱਸਿਆ ਹੈ ਜਾਂ ਕਿਹੜੀ ਉਲਝਣ ਦੇ ਨਾਲ ਕਿਹੜੇ ਮੁੱਦੇ ਦੇ ਨਾਲ ਉਹ ਜੂਝ ਰਹੇ ਆ ਤਾਂ ਕਿ ਬੱਚਿਆਂ ਨੂੰ ਛੋਟੀ ਉਮਰ ਚ ਹੀ ਪਤਾ ਲੱਗ ਜਾਵੇ ਕਿ ਸਮੱਸਿਆ ਸਿਰਫ ਸਾਨੂੰ ਹੀ ਨਹੀਂ ਹੈ ਟੈਨਸ਼ਨ ਸਾਨੂੰ ਹੀ ਨਹੀਂ ਹੈ ਸਾਡੇ ਮਾਪਿਆਂ ਨੂੰ ਸਾਥੋਂ ਕਿਤੇ ਜ਼ਿਆਦਾ ਵੱਡੀਆਂ ਮੁਸ਼ਕਲਾਂ ਨੇ ਘੇਰਿਆ ਜਿਨ੍ਹਾਂ ਦਾ ਹੱਲ ਉਹ ਕਰ ਰਹੇ ਆ ਹੋ ਸਕਦਾ ਇਸ ਨਾਲ ਬੱਚਾ ਇੰਨਾ ਜ਼ਿੰਮੇਵਾਰ ਬਣ ਜਾਵੇ ਕਿ ਤੁਹਾਨੂੰ ਮੁਸ਼ਕਲਾਂ 'ਚ ਪਾਵੇ ਹੀ ਨਾ ਦੂਸਰੀ ਗੱਲ ਉਹ ਤੁਹਾਡੇ ਲਈ ਹਮਦਰਦੀ ਰੱਖੇਗਾ ਸੰਵੇਦਨਸ਼ੀਲਤਾ ਰੱਖੇਗਾ ਉਹ ਤੁਹਾਡੇ ਮਸਲਿਆਂ ਨੂੰ ਸਮਝੇਗਾ ਤੀਸਰੀ ਗੱਲ ਜਦੋਂ ਆਉਣ ਵਾਲੇ ਸਮੇਂ 'ਚੇ ਮਸਲੇ ਉਹਦੇ ਸਾਹਮਣੇ ਆਉਣਗੇ ਤਾਂ ਉਹ ਇਹਨਾਂ ਦਾ ਚੰਗਾ ਹੱਲ ਕਰ ਸਕੇਗਾ ਕਿਉਂਕਿ ਉਹ ਹੁਣੇ ਤੋਂ ਹੀ ਇਹਨਾਂ ਬਾਰੇ ਜਾਣਨ ਲੱਗ ਗਿਆ ਤੇ ਚੌਥੀ ਗੱਲ ਹੋ ਸਕਦਾ ਤੁਹਾਡੇ ਮਸਲੇ ਦਾ ਹੱਲ ਤੁਹਾਡਾ ਬੱਚਾ ਬਹੁਤ ਵਧੀਆ ਢੰਗ ਨਾਲ ਕਰ ਦੇਵੇ। ਆਓ ਹੁਣ ਕੁਝ ਪ੍ਰਸ਼ਨਾਂ ਦੇ ਉੱਤਰ ਦੇ ਕੇ ਦੇਖਦੇ ਹਾਂ। ਸੋ ਪਹਿਲਾ ਸਵਾਲ ਹੈ ਕਿ ਕਾਉਂਸਲਰ ਸਾਹਿਬ ਨੇ ਬੰਦ ਮੁਠੀ ਵੱਲ ਇਸ਼ਾਰਾ ਕੀਤਾ ਸੀ ਕਿ ਮਸਲਿਆਂ ਦਾ ਖਾਸ ਕਰਕੇ ਸੂਖਮ ਮਸਲਿਆਂ ਦਾ ਹੱਲ ਕਰਨ ਲਈ ਬੰਦ ਮੁਠੀ ਦੀ ਵੀ ਜ਼ਰੂਰਤ ਪੈਂਦੀ ਹੈ। ਸੋ ਬੰਦ ਮੁਠੀ ਕਿਸ ਚੀਜ਼ ਦਾ ਪ੍ਰਤੀਕ ਹੈ ਕਿਸ ਢੰਗ ਨਾਲ ਹੱਲ ਕਰਨ ਦਾ ਪ੍ਰਤੀਕ ਹੈ ਸੋਚੋ ਤੇ ਦੱਸੋ ਜੀ ਬਿਲਕੁਲ ਕਿ ਕੁਝ ਰਾਜ਼ ਸਾਰਿਆਂ ਸਾਹਮਣੇ ਜ਼ਾਹਰ ਕਰਨ ਵਾਲੇ ਨਹੀਂ ਹੁੰਦੇ ਜਿਵੇਂ ਬੰਦ ਮੁਠੀ 'ਚ ਬਹੁਤ ਕੁਝ ਗੁਪਤ ਰੱਖਿਆ ਜਾਂਦਾ ਹੈ ਰਾਜ਼ ਭੇਤ ਸਾਹਮ ਕੇ ਰੱਖੇ ਜਾਂਦੇ ਹਨ ਉਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਦੇ ਨਾਜ਼ੁਕ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਉਸ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਉਸ ਦੇ ਰਾਜ਼ ਖਿਲਾਰ ਨਹੀਂ ਦੇਣੇ ਵਾਲੇ ਦਲੇ ਬਲਕਿ ਉਹਨਾਂ ਨੂੰ ਗੁਪਤ ਰੱਖਣ ਦੀ ਲੋੜ ਹੈ ਦੂਸਰਾ ਪ੍ਰਸ਼ਨ ਕਿ ਅਗਰ ਇਹ ਮੁਠੀ ਖੋਲ ਲਈਏ ਤਾਂ ਜਿਹੜੀਆਂ ਇਸ ਦੀਆਂ ਪੰਜ ਉਂਗਲਾਂ ਨਜ਼ਰ ਆਉਂਦੀਆਂ ਹਨ ਇਹਨਾਂ ਵਿੱਚ ਕੋਈ ਅਜਿਹੇ ਪੰਜ ਨਾਜ਼ੁਕ ਮਸਲਿਆਂ ਦੇ ਨਾਂ ਲਿਖੋ ਜਿੰਨਾ ਬਾਰੇ ਆਪਾਂ ਚਰਚਾ ਕੀਤੀ ਹੈ ਜਾਂ ਫਿਰ ਜਿਨ੍ਹਾਂ ਦੀ ਚਰਚਾ ਨਹੀਂ ਹੋਈ ਪਰ ਤੁਹਾਡੀ ਨਜ਼ਰ 'ਚ ਉਹ ਮਸਲੇ ਬਹੁਤ ਨਾਜ਼ੁਕ ਹਨ ਪੰਜ ਸੰਵੇਦਨਸ਼ੀਲ ਮੁੱਦਿਆਂ ਦੇ ਨਾਂ ਲਿਖੋ ਕਰਦੇ ਹਾਂ ਦੁਹਰਾਈ ਕੀ ਕੁਝ ਸਿੱਖਿਆ ਸਾਂਭਿਆ ਸਮਝਿਆ ਅਤੇ ਅਪਣਾਵਾਂਗੇ ਕਿਵੇਂ ਸੋ ਪਹਿਲੀ ਗੱਲ ਵਿਦਿਆਰਥੀਆਂ ਲਈ ਕਿ ਜੋ ਨਾਜ਼ੁਕ ਮੁੱਦੇ ਹਨ ਉਹਨਾਂ ਬਾਰੇ ਨਾ ਤਾਂ ਨਜ਼ਰਅੰਦਾਜ਼ ਕਰਨ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ ਤੇ ਨਾ ਹੀ ਉਹਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਟੈਨਸ਼ਨ ਡਿਪਰੈਸ਼ਨ ਚਾਉਣਾ ਚਾਹੀਦਾ ਹੈ ਖੁਸ਼ ਰਹਿਣਾ ਹੈ ਪਰ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਆਪਣੇ ਘਰ ਪਰਿਵਾਰ ਦੇ ਵਿੱਚ ਕਿਸੇ ਸਿਆਣੇ ਬੰਦੇ ਨਾਲ ਜਿਵੇਂ ਕਿ ਮਾਪਿਆਂ ਨਾਲ ਸਾਂਝਾ ਕਰ ਸਕਦੇ ਹੋ ਅਧਿਆਪਕ ਨਾਲ ਸਾਂਝਾ ਕਰੋ ਤੁਹਾ ਤੋਂ ਉਮਰ ਚ ਜੋ ਵੀ ਵੱਡਾ ਹੈ ਤੇ ਤੁਹਾਡਾ ਸ਼ੁਭਚਿੰਤਕ ਹੈ ਉਸ ਨਾਲ ਜ਼ਰੂਰ ਸਾਂਝਾ ਕਰੋ ਦੂਸਰੀ ਗੱਲ ਕਿ ਕੁਝ ਮੁੱਦੇ ਇਸ ਤਰ੍ਹਾਂ ਦੇ ਜਿਵੇਂ ਕਿ ਘਰ ਵਿੱਚ ਹੀ ਅਗਰ ਤੁਹਾਨੂੰ ਕਿਸੇ ਤੋਂ ਖਤਰਾ ਹੈ ਅਸੁਰੱਖਿਆ ਹੈ ਇਸ ਤਰ੍ਹਾਂ ਦੀ ਗੱਲ ਹੈ ਤਾਂ ਉੱਥੇ ਸੰਗਣਾ ਜਾਂ ਸ਼ਰਮਾਉਣਾ ਨਹੀਂ ਹੈ ਤੀਸਰੀ ਗੱਲ ਕਿਸੇ ਵੀ ਨਾਜ਼ੁਕ ਮੁੱਦੇ ਨੂੰ ਲੈ ਕੇ ਭੜਕਣ ਦੀ ਜ਼ਰੂਰਤ ਨਹੀਂ ਹੈ ਅਗਰ ਤੁਹਾਨੂੰ ਕਿਸੇ ਦਾ ਵਿਹਾਰ ਗਲਤ ਲੱਗਦਾ ਹੈ ਕੋਈ ਤੁਹਾਨੂੰ ਮਜ਼ਾਕ ਜਾਂ ਤੁਹਾਡੇ ਤੇ ਭद्दी ਟਿੱਪਣੀ ਕਰਦਾ ਹੈ ਤਾਂ ਜ਼ੁਲਮ ਸਹਿਣਾ ਵੀ ਨਹੀਂ ਪਰ ਜ਼ੁਲਮ ਨੂੰ ਰੋਕਣ ਦਾ ਰਾਹ ਚੰਗਾ ਹੋਵੇ ਕਿ ਉਸ ਵਿਰੁੱਧ ਸਹੀ ਜਗ੍ਹਾ ਸ਼ਿਕਾਇਤ ਕੀਤੀ ਜਾਵੇ ਜਿਵੇਂ ਅਧਿਆਪਕ ਨੂੰ ਦੱਸਿਆ ਜਾਵੇ ਇਸ ਤਰ੍ਹਾਂ ਇੱਕ ਗੱਲ ਇਹ ਵੀ ਕਿ ਕੁਝ ਸਮੱਸਿਆਵਾਂ ਦੇ ਹੱਲ ਸਮਾ ਕਰ ਦਿੰਦਾ ਹੈ ਸਮੇਂ ਨੂੰ ਵੀ ਹੱਲ ਕਰਨ ਲਈਏ ਤਾਂ ਹੀ ਕਿਹਾ ਜਾਂਦਾ ਹੈ ਕਿ ਸਮੇਂ ਸਿਰ ਮਸਲੇ ਚੁੱਕੋ ਤਾ ਕੇ ਫਿਰ ਅਸਲੇ ਨਾ ਚੁੱਕਣੇ ਪੈਣ ਕਿਉਂਕਿ ਜੋ ਜੋ ਕੋਈ ਬੁਰਾਈ ਹੈ ਉਸ ਦਾ ਹੱਲ ਮੁੱਢ ਵਿੱਚ ਹੀ ਕਰ ਦੇਣਾ ਚਾਹੀਦਾ ਹੈ ਜ਼ੁਲਮ ਨੂੰ ਸਹੰਦੇ ਨਹੀਂ ਜਾਣਾ ਜਦੋਂ ਲੱਗੇ ਕੁਝ ਗਲਤ ਹੈ ਉੱਥੇ ਹੀ ਆਵਾਜ਼ ਉਠਾਓ ਉਸ ਨੂੰ ਖਤਮ ਕਰੋ ਤੇ ਆਪ ਵੀ ਚਿੰਤਾ ਤੋਂ ਮੁਕਤ ਰਹੋ ਦੂਸਰਿਆਂ ਨੂੰ ਵੀ ਚਿੰਤਾ ਤੋਂ ਮੁਕਤ ਕਰੋ ਬਿਲਕੁਲ ਸਹੀ ਯਾਦ ਰੱਖਿਓ ਸਮੇਂ ਸਿਰ ਮਸਲੇ ਉਠਾਓ ਅਸਲੇ ਨਹੀਂ ਮੈਨੂੰ ਉਮੀਦ ਹੈ ਕਿ ਇਹਨਾਂ ਤਰੀਕਿਆਂ ਨਾਲ ਤੇ ਇਹਨਾਂ ਵਰਗੇ ਕੁਝ ਹੋਰ ਤਰੀਕੇ ਜੋ ਤੁਸੀਂ ਆਪ ਖੋਜੋਗੇ ਆਲੇ-ਦੁਆਲੇੋਂ ਲੱਭੋਗੇ ਉਹਨਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਸੁਹਾਵਣਾ ਬਣਾ ਲਵੋਗੇ ਤੇ ਛੋਟੇ ਤਾਂ ਕਿ ਵੱਡੇ ਮੁੱਦਿਆਂ ਦੇ ਹੱਲ ਵੀ ਬਹੁਤ ਆਸਾਨੀ ਨਾਲ ਕਰ ਲਵੋਗੇ ਕਈ ਵਾਰ ਛੋਟੇ ਮਸਲਿਆਂ ਦੇ ਹੱਲ ਵੱਡੇ ਹੁੰਦੇ ਹਨ ਤੇ ਵੱਡੇ-ਵੱਡੇ ਮਸਲਿਆਂ ਦੇ ਹੱਲ ਬੜੇ ਛੋਟੇ ਹੁੰਦੇ ਹਨ ਉਮੀਦ ਹੈ ਤੁਸੀਂ ਇੱਕ ਹੁਗ ਵਸਤੀ ਜ਼ਿੰਦਗੀ ਜਿਊਵੋਗੇ ਸੁੱਖ ਚੈਨ ਆਰਾਮ ਨਾਲ ਜਿਊਵੋਗੇ ਆਪਣੇ ਦਰਪੇਸ਼ ਮਸਲਿਆਂ ਦਾ ਹੱਲ ਵੀ ਬਹੁਤ ਚੰਗੀ ਤਰ੍ਹਾਂ ਕਰੋਗੇ ਤੇ ਆਪਣੇਆਂ ਨੂੰ ਵੀ ਆਲੇ ਦੁਆਲੇ ਨੂੰ ਵੀ ਸਮੱਸਿਆਵਾਂ ਤੋਂ ਨਜਾਤ ਦਿਵਾਓਗੇ ਕਿਸੇ ਲਈ ਸਮੱਸਿਆ ਨਹੀਂ ਬਣੋਗੇ ਸਮੱਸਿਆ ਦਾ ਹੱਲ ਬਣੋਗੇ ਜ਼ਿੰਦਗੀ ਜ਼ਿੰਦਾਬਾਦ